ਗਿੱਦੜਬਾਹ ਦੇ ਵਿੱਚ ਮਹਾਰਥੀ ਮਹਾਂਯੁੱਧ ਵੱਲ ਵੱਧਦੇ ਨਜ਼ਰ ਆ ਰਹੇ ਨੇ। ਲਗਾਤਾਰ ਹਾਲਾਤ ਗਰਮਾਉਂਦੇ ਨਜ਼ਰ ਆ ਰਹੇ। ਗਿੱਦੜਬਾਹ ਜ਼ਿਮਨੀ ਚੋਣ ਪੱਬਾਂ ਭਾਰ ਹੈ ਔਰ ਪੱਬਾਂ ਭਾਰੀ ਮੰਤਰੀ ਵੀ ਨੇ। ਵੱਖ-ਵੱਖ ਪਾਰਟੀਆਂ ਦੇ ਲੀਡਰ ਇੱਕ ਦੂਸਰੇ ਦੇ ਨਾਲ ਖਹਿਣ ਨੂੰ ਤਿਆਰ ਨੇ। ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੈ, ਅਕਾਲੀ ਦਲ ਵੀ ਹੈ, ਕਾਂਗਰਸ ਵੀ ਹੈ। ਅਕਾਲੀ ਦਲ ਅਤੇ ਕਾਂਗਰਸ ਦਾ ਤਾਂ ਖਾਸਾ ਰਸੂਖ ਗਿੱਦੜਬਾਹ 'ਚ ਹੈਗਾ। ਆਮ ਆਦਮੀ ਪਾਰਟੀ ਵੀ ਇਤਕੀ ਅੱਡੀ ਚੋਟੀ ਦਾ ਜ਼ੋਰ ਲਾਉਣ ਨੂੰ ਤਿਆਰ ਬਰ ਤਿਆਰ ਹੈ। ਇਹਦਾ ਕਾਰਨ ਇੱਕ ਇਹ ਵੀ ਹੈ ਕਿ ਜੋ ਹਾਲਾਤ ਲੋਕ ਸਭਾ ਇਲੈਕਸ਼ਨ 'ਚ ਬਣੇ, ਕਿਵੇਂ ਆਮ ਆਦਮੀ ਪਾਰਟੀ 3 ਸੀਟਾਂ 'ਤੇ ਸਿਮਟ ਕੇ ਰਹਿ ਗਈ, ਉਸ ਦੀ ਭਰਪਾਈ ਜ਼ਿਮਨੀ ਚੋਣਾਂ ਤੋਂ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਹੋਵੇਗੀ। ਜਲੰਧਰ ਜ਼ਿਮਨੀ ਚੋਣ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ ਅਤੇ ਹੁਣ ਦੁਬਾਰਾ ਗਿੱਦੜਬਾਹ ਸੀਟ ਜਿਹੜੀ ਹੈ ਇਹ ਵੀ ਆਪਣੇ ਕੋਲ ਹਾਸਲ ਕਰਨਾ ਚਾਹੁੰਦੀ ਹੋਵੇਗੀ ਆਮ ਆਦਮੀ ਪਾਰਟੀ। ਪਰ ਦੂਜੇ ਪਾਸੇ ਦੋ ਮਹਾਰਥੀ ਇਸ ਸੀਟ ਦੇ ਉੱਤੇ ਜਿਹੜੇ ਵਿਚਰਦੇ ਰਹੇ ਨੇ, ਉਹ ਇੱਕ ਦੂਸਰੇ ਨਾਲ ਖਹਿਣਗੇ, ਇੱਕ ਕਾਂਗਰਸ ਔਰ ਇੱਕ ਅਕਾਲੀ ਦਲ। ਅਕਾਲੀ ਦਲ ਦਾ ਇਤਿਹਾਸ ਦੇਖੀਏ ਤਾਂ ਗਿੱਦੜਬਾਹ ਤੋਂ ਇੱਕ ਖਾਸੀ ਰਸੂਖਦਾਰ ਪਾਰਟੀ ਅਕਾਲੀ ਦਲ ਰਹੀ ਹੈ। ਲੰਮੇ ਸਮੇਂ ਤੱਕ ਇੱਥੋਂ ਪ੍ਰਕਾਸ਼ ਸਿੰਘ ਬਾਦਲ ਵੀ ਜਿੱਤਦੇ ਰਹੇ ਨੇ ਔਰ ਉਹਨਾਂ ਤੋਂ ਬਾਅਦ ਅਕਾਲੀ ਦਲ ਦਾ ਰਸੂਖ ਕਾਇਮ ਰਿਹਾ। ਇਹ ਲੰਮੇ ਸਮੇਂ ਤੱਕ ਇੱਥੋਂ ਮਨਪ੍ਰੀਤ ਬਾਦਲ ਵੀ ਆਪਣਾ ਰਸੂਖ ਕਾਇਮ ਕਰਦੇ ਰਹੇ ਨੇ ਔਰ ਉਹਨਾਂ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਵੀ ਇਸ ਸੀਟ ਦੇ ਉੱਤੇ ਮੱਲਾਂ ਮਾਰਦੇ ਰਹੇ ਨੇ। 2012 ਤੋਂ ਬਾਅਦ 2012, 2017, 2022 ਇਹ 3 ਚੋਣਾਂ ਜਿਹੜੀਆਂ ਨੇ ਉਹ ਰਾਜਾ ਵੜਿੰਗ ਨੇ ਆਪਣੇ ਲੇਖੇ ਲਾਈਆਂ ਗਿੱਦੜਬਾਹ ਹਲਕੇ ਤੋਂ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਰਾਜਾ ਵੜਿੰਗ ਜਿਹੜੇ ਨੇ ਉਹ ਆਪਣੇ ਆਪ 'ਚ ਇੱਕ ਵੱਡੇ, ਇੱਕ ਮੋਸਟ ਇੰਪੋਰਟੈਂਟ ਕੰਟੈਸਟੈਂਟ ਇਸ ਸੀਟ ਦੇ ਉੱਤੇ ਰਹੇ ਨੇ। ਪਰ ਇੱਥੇ ਭੁੱਲਣਾ ਨਹੀਂ ਚਾਹੀਦਾ 2017 ਅਤੇ 2022 ਦੀਆਂ ਚੋਣਾਂ ਨੂੰ, ਕਿਉਂਕਿ 2017 ਅਤੇ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਇਲੈਕਸ਼ਨਸ ਹੋਈਆਂ ਉਹਦੇ ਵਿੱਚ ਰਾਜਾ ਵੜਿੰਗ ਨੂੰ ਕੜੀ ਟੱਕਰ ਦੇਣ ਵਾਲੇ ਹਰਦੀਪ ਸਿੰਘ ਡਿੰਪੀ ਢਿੱਲੋਂ ਰਹੇ ਨੇ, ਜਿਨ੍ਹਾਂ ਨੇ ਰਾਜਾ ਵੜਿੰਗ ਨੂੰ ਠੋਕਵੀਂ ਟੱਕਰ ਦਿੱਤੀ ਹੈ ਔਰ ਇਸ ਟੱਕਰ ਦੇ ਵਿੱਚ ਡਿੰਪੀ ਢਿੱਲੋਂ ਬੜੀ ਚੋਟੀ ਦੇ ਨਾਲ ਨਾਲ ਜੁੜੇ ਰਹੇ ਨੇ ਰਾਜਾ ਵੜਿੰਗ ਦੇ। ਪਰ ਤਾਂ ਵੀ ਹਾਰ ਦਾ ਜ਼ਰੂਰ ਸਾਹਮਣਾ ਕਰਨਾ ਪਿਆ, ਪਰ ਤਾਂ ਵੀ ਕੋਈ ਬਾਹਲਾ ਫਰਕ ਨਹੀਂ ਸੀ ਰਿਹਾ। ਜਿਸ ਤੋਂ ਇਹ ਸਮਝਿਆ ਜਾ ਸਕਦਾ ਕਿ ਅਕਾਲੀ ਦਲ ਅਜੇ ਵੀ ਕਿਤੇ ਨਾ ਕਿਤੇ ਭਾਰੀ ਹੈ ਗਿੱਦੜਬਾਹ ਹਲਕੇ ਦੇ ਵਿੱਚ। ਪਰ ਹੁਣ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਆਪੋ ਆਪਣੇ ਤਰੀਕੇ ਦੇ ਨਾਲ ਵਿਚਰਨਾ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਕੁਝ ਪ੍ਰੋਜੈਕਟਸ ਜਿਹੜੇ ਨੇ ਉਹ ਐਲਾਨ ਦਿੱਤੇ ਨੇ। 30 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟਸ ਨੇ ਜਿਹੜੇ ਆਮ ਆਦਮੀ ਪਾਰਟੀ ਨੇ ਐਲਾਨੇ ਨੇ, ਅਤੇ ਇਸਦੇ ਨਾਲ 25 ਕਰੋੜ ਰੁਪਏ ਦੇ ਪੇਂਡੂ ਵਿਕਾਸ ਪ੍ਰੋਜੈਕਟਸ ਨੇ ਜਿਹੜੇ ਐਲਾਨ ਦਿੱਤੇ ਗਏ ਨੇ। ਜ਼ਰੂਰ ਇਸ ਤੋਂ ਜ਼ਾਹਿਰ ਹੁੰਦਾ ਕਿ ਆਮ ਆਦਮੀ ਪਾਰਟੀ ਵੀ ਡਿਵੈਲਪਮੈਂਟ ਕਰਕੇ ਵੋਟਾਂ ਗੈਦਰ ਕਰਨਾ ਚਾਹੁੰਦੀ ਹੋਵੇਗੀ। ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀਆਂ ਗਤੀਵਿਧੀਆਂ ਗਿੱਦੜਬਾਹ ਹਲਕੇ ਦੇ ਵਿੱਚ ਤੇਜ਼ ਹੋ ਗਈਆਂ ਨੇ। ਸੁਖਬੀਰ ਸਿੰਘ ਬਾਦਲ ਜਿਹੜੇ ਨੇ ਗਿੱਦੜਬਾਹ ਹਲਕੇ ਦੇ ਵਿੱਚ ਖਾਸੇ ਵਿਚਰਦੇ ਨਜ਼ਰ ਆ ਰਹੇ ਨੇ। ਕਹਿੰਦੇ ਕਿ 2-3 ਦਿਨ ਤੋਂ ਤਾਂ ਲਗਾਤਾਰ ਗਿੱਦੜਬਾਹ ਹੀ ਨੇ ਲਗਾਤਾਰ ਮੀਟਿੰਗਸ ਕਰ ਰਹੇ ਨੇ ਔਰ ਦੂਜੇ ਪਾਸੇ ਕਾਂਗਰਸ ਵੀ ਕੋਈ ਪਿੱਛੇ ਨਹੀਂ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੀਟਿੰਗਸ ਦਾ ਸਿਲਸਿਲਾ ਵਧਾ ਦਿੱਤਾ ਆ ਔਰ ਗਿੱਦੜਬਾਹ ਹਲਕੇ ਦੇ ਵਿੱਚ ਉਹਨਾਂ ਦਾ ਰੁਝਾਨ ਤੇਜ਼ ਹੋ ਗਿਆ ਆ। ਗਿੱਦੜਬਾਹ ਹਲਕੇ ਦੀ ਗੱਲ ਕਰੀਏ ਤਾਂ ਰਾਜਾ ਵੜਿੰਗ ਜਿਹੜੇ ਨੇ ਉਹ ਪੱਬਾਂ ਭਾਰ ਨੇ। ਚਰਚਾਵਾਂ ਅਜੇ ਵੀ ਨੇ ਕਿ ਹੋ ਸਕਦਾ ਹੈ ਕਿ ਬੀਬਾ ਅੰਮ੍ਰਿਤਾ ਵੜਿੰਗ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰ ਜਾਣ। ਖੈਰ ਕੀ ਕੁਝ ਹੁੰਦਾ ਆਉਂਦੇ ਸਮੇਂ ਨੂੰ ਵੇਖਣਾ ਹੋਵੇਗਾ ਕਿ ਸੁਖਬੀਰ ਬਾਦਲ, ਰਾਜਾ ਵੜਿੰਗ ਅਤੇ CM ਭਗਵੰਤ ਮਾਨ ਇਸ ਸੀਟ ਦੇ ਉੱਤੇ ਮਹਾਰਥੀਆਂ ਵਾਂਗ ਖਹਿੰਦੇ ਨਜ਼ਰ ਆਉਣਗੇ। ਜੋ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰਹੋ 1 ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।